ਰਹੀਮ ਅਸਲਾਮ ਅਲੈਕੁਮ ਰੌਕ ਫਾਰਮੀ ਯੂਟਿਊਬ ਫੇਸਬੁੱਕ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਸੱਜਣਾ ਨੂੰ ਖੁਸ਼ ਆਮਦੀਦ ਕਹਿੰਦੇ ਹਾਂ ਜੀ। ਚੌਕ ਆਜ਼ਮ ਦੀ ਬੱਕਰ ਮੰਡੀ ਹੈ ਜੀ, ਬਰੋਜ਼ ਬੰਗਲੇ ਮੰਡੀ ਲੱਗਦੀ ਹੈ, ਜ਼ਿਲ੍ਹਾ ਲਈਆ ਜਨੂਬੀ ਪੰਜਾਬ ਪਾਕਿਸਤਾਨ। ਮਾਸ਼ਾਅੱਲਾ ਜੀ, ਅੱਜ ਤੁਹਾਡੇ ਵਾਸਤੇ ਲੈ ਕੇ ਆਏ ਛੋਟੇ ਬੱਚੇ ਕੁਰਬਾਨੀ 2025 ਵਾਸਤੇ ਛਤਰੇ ਗੁਲਾਬੀ ਕਜਲੇ। ਮਾਸ਼ਾਅੱਲਾ ਜੀ, ਸਰਗੋਦੇ ਭਲੋਵਾਲ ਵਾਲੇ ਆ ਗਏ, ਸੋਹਣੇ ਛਤਰੇ ਆ ਗਏ ਮਾਸ਼ਾਅੱਲਾ ਜੀ, ਲਾਟਾਂ ਦੀਆਂ ਲਾਟਾਂ। ਰੇਟ ਸ਼ੇਅਰ ਕਰਦੇ ਹਾਂ, ਕੀ ਰੇਟ ਹੈ? ਨਵੇਂ ਆਉਣ ਵਾਲੇ ਸੱਜਣ ਮਿੱਤਰ ਚੈਨਲ ਨੂੰ ਫਾਲੋ ਸਬਸਕ੍ਰਾਈਬ ਲਾਜ਼ਮੀ ਕਰੋਗੇ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਮਾਸ਼ਾਅੱਲਾ ਜੀ, ਆਓ ਜੀ ਸਰ, ਉਸ ਤੋਂ ਬਾਅਦ ਇਹ ਲਾਟ ਆ ਗਏ ਮੁੰਦਰਿਆਂ ਦੇ, 40-40 ਹਜ਼ਾਰ ਰੁਪਏ ਦੇ ਡਿਮਾਂਡ ਵਾਲੇ ਮੁੰਦਰੇ ਆ ਗਏ ਮਾਸ਼ਾਅੱਲਾ ਜੀ, ਸੋਹਣੇ 12-13 ਦਾਣੇ ਖੜ੍ਹੇ ਨੇ ਮੁੰਦਰੇ। ਇਹ ਵੀ ਚੌਕ ਆਦਮ ਦੀ ਮੰਡੀ 'ਤੇ ਚੰਦ ਦਾਣੇ ਆ ਰਹੇ ਨੇ ਮੁੰਦਰਿਆਂ ਦੇ ਮਾਸ਼ਾਅੱਲਾ ਜੀ, ਇਸ ਤੋਂ ਬਾਅਦ ਹੋਰ ਕਿਤੇ ਵੀ ਮੁੰਦਰੇ ਨਜ਼ਰ ਨਹੀਂ ਆ ਰਹੇ। 40-40 ਹਜ਼ਾਰ ਰੁਪਏ ਡਿਮਾਂਡ ਦੇ ਨਰ ਨੇ ਸਾਰੇ, ਖੀਰੇ ਬੱਚੇ ਨੇ ਮਾਸ਼ਾਅੱਲਾ ਜੀ ਮੁੰਦਰਿਆਂ ਦੇ। ਇਹ ਵੀ ਡੀ ਜੀ ਖਾਨ ਤੋਸੇ ਵਾਲੀ ਸਾਈਡ ਦੇ ਬਰੀਡ ਹੈ ਮਾਸ਼ਾਅੱਲਾ ਜੀ। ਚੌਕ ਆਜ਼ਮ ਦੀ ਮੰਡੀ ਹੈ, ਬਰੋਜ਼ ਮੰਗਲ ਇਹ ਮੰਡੀ ਲੱਗਦੀ ਹੈ, ਜ਼ਿਲ੍ਹਾ ਲਈਆ ਜਨੂਬੀ ਪੰਜਾਬ ਪਾਕਿਸਤਾਨ, MM ਰੋਡ, ਚੌਕ ਆਜ਼ਮ ਦੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਇਹ ਲਾਟਾਂ ਖੜੀਆਂ, ਇਹਨਾਂ ਦੇ ਮੁੱਲ ਪੁੱਛਦੇ ਹਾਂ, ਕਿਤਨੇ ਕਿਤਨੇ ਦਾ ਵੀ ਦਾਣੇ, ਛੋਟੇ ਦਾਣੇ ਪਈ ਹੈ। ਆ ਮੌਲੀ, ਨਰ ਨਰ ਇਹਨਾਂ 'ਚ ਨਰ ਕਿਤਨੇ ਕਿਤਨੇ ਦੇ? 25-25 ਹਜ਼ਾਰ ਰੁਪਏ ਦੇ ਨਰ ਇਹਨੇ। ਵੱਡੀਆਂ ਭੇਡਾਂ, ਗੱਬਣਾ ਵੀ ਹਨ, ਭੇਡਾਂ ਵੀ ਹਨ, ਬਾਕੀ ਉਹ ਦਾਣੇ 25-25 ਹਜ਼ਾਰ ਰੁਪਏ ਦੇ ਮਾਸ਼ਾਅੱਲਾ ਜੀ, 25-25 ਹਜ਼ਾਰ ਰੁਪਏ ਦੇ ਦਾਣੇ ਨੇ, ਖੀਰੇ ਦਾਣੇ ਨੇ ਆ ਗਏ ਮਾਸ਼ਾਅੱਲਾ ਜੀ, ਦੇਸੀ ਛਤਰੇ, ਸੋਹਣੇ ਮਾਸ਼ਾਅੱਲਾ ਜੀ, ਵਾਹ ਜੀ ਵਾਹ। ਨੰਬਰ ਹੀ ਰਾਬਤਾ ਲਿਖਾ, ਭੇਡਾਂ ਵੀ ਹਨ ਤੁਹਾਡੇ ਕੋਲ? ਹੈ ਗੱਬਣ ਭੇਡਾਂ ਹੀ ਹਨਾਉਂਦੇ ਮਾਸ਼ਾਅੱਲਾ ਜੀ। ਰਾਬਤਾ ਨੰਬਰ ਕੀ? 0309-0110-0111-0113-96 ਦਾ ਰਾਬਤਾ ਨੰਬਰ। ਇਹਦੇ ਕੋਲ ਭੇਡਾਂ ਹੀ ਹੁੰਦੀਆਂ, ਬੱਚੇ ਹੀ ਹੁੰਦੇ ਨੇ ਮਾਸ਼ਾਅੱਲਾ ਜੀ, ਇਹਦੇ ਨਾਲ ਰਾਬਤਾ ਕਰੇ ਸਰ, ਬਹੁਤ ਸ਼ੁਕਰੀਆ ਜੀ। ਆਓ ਸਰ, ਅੱਗੇ ਚੱਲਦੇ ਹਾਂ ਮਾਸ਼ਾਅੱਲਾ ਜੀ। ਇਹ ਲਾਟ ਖੜੀ ਹੈ ਮੰਜੇ ਵਾਲੀ, ਮਾਸ਼ਾਅੱਲਾ ਜੀ, ਆਹ ਲਾਟ ਖੜੀ ਹੈ ਮੰਜੇ ਵਾਲੀ ਜੀ। ਇਹ ਸੱਜਣ ਜੀ, ਨਰ ਨੇ ਸਾਰੇ ਦਾਣੇ, ਇੱਕ ਮਾਦੀ ਹੈ, ਬਾਕੀ ਦਾ ਕੀ ਮੰਗਿਆ ਬਈ ਮੁੱਲ? ਮੱਬਤ ਪਾ ਕੇ ਹਾਂ, 28-28 ਹਜ਼ਾਰ ਰੁਪਈਆ ਪੁੱਠੇ ਦਾ ਰੇਟ ਹੈ। ਇਹ ਦਾਣੇ ਛੋਟੇ ਨੇ, ਉਹ ਦਾਣੇ ਵੱਡੇ ਨੇ, ਇਹਦੇ ਕੋਲੋਂ 28-28 ਹਜ਼ਾਰ ਰੁਪਈਆ ਪੁੱਠੇ ਦੀ ਡਿਮਾਂਡ ਕੀਤੀ ਹੈ ਮਾਸ਼ਾਅੱਲਾ ਜੀ। ਅੱਜ ਚੌਕ ਆਜ਼ਮ ਦੀ ਮੰਡੀ ਦੇ ਉੱਤੇ ਬਰੋਜ਼ ਮੰਗਲ ਇਹ ਮੰਡੀ ਲੱਗਦੀ ਹੈ, ਜ਼ਿਲ੍ਹਾ ਲਈਆ। 2025 ਦੀ ਕੁਰਬਾਨੀ ਵਾਸਤੇ ਮਾਸ਼ਾਅੱਲਾ ਜੀ, 2025 ਦੀ ਕੁਰਬਾਨੀ ਵਾਸਤੇ ਛਤਰੇ ਨੇ। ਕੀ ਮੰਗਿਆ ਜਾਂਦਾ ਇਹ ਦਾਣੇ ਦਾ ਬਈ? 65,000 ਰੁਪਈਆ ਵੱਧ, ਤੂੰ ਮੈਨੂੰ ਲੱਗਦਾ ਇਹਨਾਂ 'ਤੇ ਭੇਜੇਗਾ ਸਾਨੂੰ ਚੀਜ਼ ਵੇਖ ਕੇ ਬਈ, ਚੀਜ਼ ਵੇਖ ਕੇ, ਚੀਜ਼ ਵੇਖ ਕੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਹਾਂ ਖੈਰ ਹੋਵੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਇਹ ਲਾਟ ਚੈੱਕ ਕਰੋ ਜੀ, ਅੱਗੇ ਆ ਗਏ ਜੀ ਛਤਰੇ, ਬਹਿ ਛਤਰੇ ਆ ਗਏ, ਸੁਣ ਮਾਸ਼ਾਅੱਲਾ ਜੀ। ਹੈ ਮਾਨ, ਖੈਰ ਹੋਵੇ, ਖੈਰ ਹੋਵੇ, ਖੈਰ ਹੋਵੇ ਢੋਲੇ ਦੇ। ਇਹ ਬਲਾਈ ਛਤਰੇ ਨੇ, ਓਏ ਆ ਗਏ ਮੰਜੇ ਵਾਲੇ ਬਈ, ਆ ਗਏ ਮੰਜੇ ਵਾਲੇ ਛਤਰੇ ਜੀ। ਇਹ ਸੱਜਣ ਜੀ, ਜੀ ਇਹ ਸੱਜਣ ਜੀ, ਓਏ ਹਾਂ ਬਈ, ਕਿਤਨਾ ਮੁੱਲ ਕੀਤਾ ਅੱਜ? ਅੱਜ ਕਿਆ ਹਾਲ ਹੈ, ਖੈਰੀਅਤ ਹੈ? ਕਿਵੇਂ ਅੱਜ ਪੁੱਠਾ? ਪੁੱਠਾ 55 ਤੋਂ ਚੱਲ ਕੇ 45, 45 ਹਜ਼ਾਰ ਤੋਂ 55 ਹਜ਼ਾਰ ਰੁਪਏ ਤੱਕ ਪੁੱਠੇ ਦੀ ਡਿਮਾਂਡ ਹੈ ਮਾਸ਼ਾਅੱਲਾ ਜੀ। ਨਕੋੜ ਵਾਲੇ ਸੋਹਣੇ ਕਜਲੇ ਛਤਰੇ ਨੇ, ਸਰਗੋਦੇ ਵਾਲੇ, ਭਲੋਵਾਲ ਵਾਲੇ, ਖੁਸ਼ਾਬ ਵਾਲੇ, ਮਾਸ਼ਾਅੱਲਾ ਜੀ। ਇਹ ਲਾਟਾਂ ਚੈੱਕ ਕਰੋ, ਖੂਬਸੂਰਤ ਲਾਟਾਂ, ਖੂਬਸੂਰਤ ਤੋਹਫੇ ਨੇ ਅੱਜ ਚੌਕ ਆਜ਼ਮ ਦੀ ਮੰਡੀ ਦੇ ਉੱਤੇ। 6-6 ਮਹੀਨਿਆਂ ਦੇ ਨੇ, 6 ਮਹੀਨਿਆਂ ਦੇ, 4 ਮਹੀਨਿਆਂ ਦੇ, 5 ਮਹੀਨਿਆਂ ਦੇ ਜੀ। ਇਹ ਸੱਜਣ ਪਕੜੀ ਵਾਲਾ, ਖੈਰੀਅਤ ਏ? ਕੀ ਮੰਗਿਆ ਇਹਨਾਂ ਦਾ ਬਈ ਅੱਜ? 36-36 ਹਜ਼ਾਰ ਰੁਪਈਆ ਬਈ, 36-36 ਹਜ਼ਾਰ ਰੁਪਈਆ। ਅੱਜ ਕੋਈ ਸਸਤੀਆਂ ਲਾਟਾਂ ਨਜ਼ਰ ਨਹੀਂ ਆ ਰਹੀਆਂ, ਸਸਤੀਆਂ ਲਾਟਾਂ ਹੋਣ ਤਾਂ ਚਸ ਬਣ ਮੰਜੇ। ਵਾਹ ਭਾਈ ਵਾਹ, ਵਾਹ ਭਾਈ ਵਾਹ, ਵਾਹ ਭਾਈ ਵਾਹ, ਮਾਸ਼ਾਅੱਲਾ। ਚਾਚੂ ਕੀ ਮੰਗਿਆ ਦਾਣੇ ਦਾ ਬਈ? ਪੁੱਠੇ ਦਾ ਕੀ ਮੰਗਿਆ ਅੱਜ? 26-26 ਹਜ਼ਾਰ ਰੁਪਈਆ ਬਈ, 26-26 ਹਜ਼ਾਰ ਰੁਪਈਆ ਬਈ। ਆਓ ਸਰ, ਇਹ ਲਾਟ ਵਿਕਾ ਖੜੀਏ, ਵਿਕ ਗਈ ਇਹ ਲਾਟਾਂ? ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਇਹ ਵਿਕ ਗਈਆਂ ਨਾ? ਇਹ ਮੰਗੇ ਪੁੱਠੇ ਦਾ ਮੁੱਲ? ਪੁੱਠੇ ਦਾ ਮੁਖਤਲਿਫ ਮੁੱਲ, ਮੁਖਤਲਿਫ ਹੈ ਬਈ, ਲਾਟ ਮੁਖਤਲਿਫ ਹੈ।
पुठे का रेट ही मुख्तलिफ है माशाल्लाह जी। भाईजान खाली वीडियो ਨਾਲ ਕੰਮ ਨਹੀਂ ਬਣਦਾ, ਮਾਲ ਵੇਚਣਾ ਬੋਸ। ਆਓ ਪਹਿਲੇ ਪਾਣੀ ਪੀਓ, ਸਾਦਾ ਪੀਓ ਔਰ ਠੰਡਾ ਪੀਓ। ਠੰਡਾ ਪੀਓ ਮਾਸ਼ਾਅੱਲਾ ਜੀ। ਖੈਰ ਹੋਵੇ, ਖੈਰ ਹੋਵੇ, ਖੈਰ ਹੋਵੇ, ਖੈਰ ਹੋਵੇ। ਆ ਗਏ ਭਾਈ, ਲਾਟਾਂ ਆ ਗਈਆਂ, ਲਾਟਾਂ ਆ ਗਈਆਂ ਫਕਰ ਦੀਆਂ ਮਾਸ਼ਾਅੱਲਾ। ਸਰਗੋਦੇ ਵਾਲੀਆਂ ਲਾਟਾਂ ਆ ਗਈਆਂ, ਖੁਸ਼ਾਬ ਵਾਲੀਆਂ ਲਾਟਾਂ ਆ ਗਈਆਂ ਜਨਾਬ ਮਾਸ਼ਾਅੱਲਾ ਜੀ। ਕੀ ਮੰਗਿਆ ਇਹਨਾਂ ਦਾ ਪੁੱਠੇ ਦਾ ਰੇਟ ਅੱਜ ਚਾਚਾ? ਪੁੱਠੇ ਦਾ ਰੇਟ ਕੀ ਮੰਗਿਆ ਅੱਜ? चौक आदम की मंडी है भाई, जेडे दोस्तों ने खरीदारी करनी है 2025 की कुर्बानी वास्ते, वो चौक आदम की मंडी का वेदर लाजमी करे। सो माशाल्लाह हर मंगल ये मंडी लगती है, हर मंगल मेन रोड है जी। ए गड्डिया चल रही तो नजर आ रही, तुर फिर के मेला वेखो भाई, तुर फिर के ਫਿਰ ਫਿਰ ਕੇ ਮੇਲਾ ਵੇਖੋ। 30-30 ਹਜ਼ਾਰ ਰੁਪਈਆ, 35-35 ਹਜ਼ਾਰ ਰੁਪਏ ਦਾਣੇ ਮਾਸ਼ਾਅੱਲਾ, 30-35-35 ਹਜ਼ਾਰ ਰੁਪਏ ਦੇ ਦਾਣੇ ਆ ਗਏ। बन गया भाई, बन गया रश, बन गया रश भाई, रश बन गया, लेकिन हाले खरीदारी कोई नहीं हुई भाई। रश बन गया, खरीदारी कोई नहीं हुई अज माशाल्लाह जी माशाल्लाह। ए लाट चेक करो भाई, 40-40 हज़ार रुपया, 40-40 हज़ार रुपये दे लाट आ गए, 35-35 हज़ार फाइनल डिमांड वाले छतरे माशाल्लाह जी। चौक आदम दी मंडी दे उते बरोस मंगल मंडी लगती है जी माशाल्लाह। चाचा खोल के माल नहीं ले आ रहे हैं, खोल के माल नहीं ले आ रहे हैं भाई, खोल के माल नहीं ले आ रहे हैं। छत्ती हजार रुपया मोल किया भाई चाचे ने माशाल्लाह जी माशाल्लाह।